ਅਸਲਾਮੁਆਲੇਕ ਕਾਲਾ ਸਿਕੰਦਰ ਬੇਟਾ ਸੁਣਾਣ ਲੱਗਿਆ ਕੋਈ ਬੇਨਦੇਸ਼ ਬੰਦਾ ਹੋਵੇ ਤੇ ਕੀ ਤੇ ਦੇਸ਼ੇਚ ਹੋਵੇ ਤੇ ਕੀ ਗੱਲ ਉਹ ਜਿਹੜਾ ਮੁੰਡਾ ਛੋਡਾ ਹੁੰਦਾ ਉਹਨੂੰ ਕੋਈ ਨਹੀਂ ਪਰੇਸ਼ਾਨੀ ਹੁੰਦੀ ਫਿਰ ਉਹ ਮੰਗਿਆ ਜਾਂਦਾ ਵਿਆਹ ਕੱਟੇ ਫਿਰ ਬਾਲ ਬੱਚੇ ਟੈਨਸ਼ਨ ਮੁੰਡਿਆਂ ਨੂੰ ਇਹ ਭੁੱਲ ਗਿਆ ਗੁੱਲੀ ਡੰਡਾ ਜਦੋਂ ਹੱਥ ਪਰਾਨੀਆਂ ਫੜੀਆਂ ਕੁੜੀਆਂ ਨੂੰ ਭੁੱਲ ਗਿਆ ਗੁੱਡੀ ਪਟੋਲਾ ਜਦੋਂ ਭੱਜ ਕੇ ਡੋਲੇ ਵਿੱਚ ਵੜੀ ਮਨੋਖੇ ਆਪ ਉਹ ਪਹਿਲਾਂ ਗੁੱਡੀਆਂ ਵਟੋਲੇ ਬਣਾ ਲੀਆਂ ਨੇ ਮੁੰਡੇ ਵੀ ਗੁੱਲੀ ਚੋਂ ਦਾ ਖੇਡਦੇ ਰਹਿੰਦੇ ਕਿ ਵੇੜਿਆਂ ਮੱਛੀਆਂ ਨੂੰ ਬੜਕਾਂ ਛੜਕਾਂ ਭੁੱਲ ਗਏ ਜਦੋਂ ਕੰਨੇ ਉੱਤੇ ਪੰਜਾਲੀਆਂ ਰੱਖੀਆਂ ਪਹਿਲਾਂ ਬੜੇ ਖੁਰੂ ਕੱਢਦੇ ਆ ਉਹ ਜਦੋਂ ਜੋਵਲੇ ਨੇ ਬੜੇ ਸਾਵੂ ਜਾਂਦੇ ਅੱਛਾ ਜੀ ਹੁਣ ਉਹ ਗੱਲ ਸੁਣਾਈਏ ਬਾਦਸ਼ਾਹ ਦੀ ਮੁੰਡਾ ਚੰਗਾ ਭੜਿਆ ਸੁਥਰੇਆ ਤੇ ਗੁਲੀ ਡੰਡਾ ਫੁੱਟਬਾਲ ਆਪਣਾ ਕੱਲੜੇ ਉਹਨਾਂ ਗਰਾਉਂਡ ਤੇ ਰੋਜ਼ ਖੇਡਦੇ ਸ। ਤੇ ਕੋਲੋਂ ਬਾਦਸ਼ਾਹ ਨੰਗਿਆ ਤੇ ਵਜ਼ੀਰ ਹਾਥੀ ਉੱਤੇ। ਉਹ ਜਿਹੜਾ ਮੁੰਡਾ ਸੀ ਨਾ ਉਹ ਭੱਜ ਕੇ ਜਾ ਕੇ ਉਹਨੇ ਨਾ ਹਾਥੀ ਦੀ ਪੂਛਲ ਫੜ ਲਈ। ਅੱਛਾ। ਇੱਕ ਕਦਮ ਨਹੀਂ ਉਹਨੇ ਅੱਗੇ ਲੰਨ ਦਿੱਤਾ। ਹਾਥੀ ਨੂੰ ਉਹਨੇ ਪੂਛਲ ਛੱਡੀ ਜੇ ਤੇ ਟੁਰਿਆ ਪਰ ਹਾਥੀ ਕੋ ਟੁਰਿਆ ਨਹੀਂ ਗਿਆ। ਉਹਦੀ ਇਨੀ ਉਹਦੀ ਤਾਕਤ। ਉਹਨੇ ਛੱਡਿਆ ਤੇ ਟੁਰ ਪਿਆ। ਬਾਦਸ਼ਾਹ ਦਾ ਜੀ ਤੇ ਪੂਰਾ ਜ ਆ ਮੁੰਡਾ ਹੈ ਤੇ ਜਵਾਨ ਹੋ ਗਿਆ ਉਹਨੂੰ ਬਾਦਸ਼ਾਹ ਜਿਹੜਾ ਤਗੜਾ ਸੀ ਉਹ ਲੈ ਲੈਂਦਾ ਸੀ ਪਰ ਰਿਆਂ ਵਕਤਾਂ ਦੀ ਗੱਲ ਤੇ ਅਜੇ ਤੇ ਮੁੰਡਾ ਜੀ ਇਹਨੇ ਪੂਰਾ ਜਵਾਨ ਹੋਇਆ ਤੇ ਸਾਡੇ ਕੋਲ ਬਾਤ ਸੀ ਇਹਨੇ ਖੋਲ ਲੈਣੀ ਹੈ ਬਾਦਸ਼ਾਹ ਵਜ਼ੀਰ ਨਾਲ ਤਾਂ ਗੱਲ ਕਰ ਇਹਦਾ ਕੋਈ ਹੱਲ ਕਰ ਇਹਨੂੰ ਫੈਰ ਮਾਰੀਏ ਜਾਂ ਕੀ ਕਰੀਏ ਜਾਂ ਇਹਨੂੰ ਕਿਸੇ ਕੋ ਮਰਵਾਈਏ ਵਜ਼ੀਰ ਸਿਆਣਾ ਹੀ ਬਾਦਸ਼ਾਹ ਨਾਲੋਂ ਉਹਨਾਂ ਦੇ ਬਾਦਸ਼ਾਹ ਵਜ਼ੀਰ ਦੀਆਂ ਗੱਲਾਂ ਨਾਲ ਹੀ ਟੁਰਦੇ ਸਨ ਉਨੇ ਕਾ ਬਾਦਸ਼ਾਹ ਮਰਵਾਣਾ ਕਿਉਂ ਹੈ ਉਨ ਮੇਰੇ ਕੋ ਇੱਕ ਕੁਰਾ ਹੈ ਉਹ ਜਮੋਚ ਕਰਕੇ ਬਹਿਨੇ ਫਿਰ ਮਾਰਨਾ ਪਿਆ ਮਾਰ ਵੀ ਨਾ ਚਲ ਭਾਈ ਕਰ ਲੈ ਉਹ ਦੂਸਰੇ ਜਨ ਅੱਗੋ ਵਜ਼ੀਰ ਕੱਲਾ ਆਇਆ ਵਜ਼ੀਰ ਨੇ ਆਖਿਆ ਵੀਰਾ ਮੇਰੀ ਗੱਲ ਸੁਣ ਤੂੰ ਕੀ ਕਰਨਾ ਉਹਨੇ ਕਿਹਾ ਜੀ ਕੁਝ ਵੀ ਨਹੀਂ ਉਹਨੇ ਕਿਹਾ ਤੂੰ ਇੰਜੇ ਸਮਝਣਾ ਜਿਵੇਂ ਸਾਡੇ ਪਿੰਡ ਬਾਬਾ ਫਤਿਹ ਚ ਹੈ ਉਥੇ ਜੀਵਾ ਵਾਲਿਆ ਕ ਤੇ 600 ਰੁਪਇਆ ਤੇਰੀ ਤਨਫਾ ਉਹ ਜੇ ਸਿਕੰਦਰ ਲੁੱਡੀਆਂ ਮਾਰੇ ਤੇ ਕੋਈ ਹਾਲ ਰ ਘਰ ਆ ਕੇ ਮਾਨਵੇਂ ਦੱਸੇ ਹੋ ਅмма ਮੇਰੀ 600 ਰੁਪਈਆ ਚੰਗਾ ਹੋਗੀ ਨੀਰਾ ਸਾਰਾ ਦਿਨ ਟੱਲੇ ਮਾਰੇ 600 ਰੁਪਈਆ ਲੱਭੀ ਲੋ ਜੀ ਉਹ ਆਖਣ ਕੀ ਬੱਚਾ ਬੜਾ ਚੰਗਾ ਪਰ ਉਹਨੇ ਵਜ਼ੀਰ ਨੇ ਇੱਕ ਗੱਲ ਕੀਤੀ ਉਹਨੇ ਕਿਹਾ ਵੀ ਨੰਗਾ ਨਹੀਂ ਕਰਨ ਮੈਂ ਕਿਹ ਕੋ ਪੁੱਛ ਲੈਣਾ ਨੰਗਾ ਕੀਤਾ ਤਨਖਾ ਨਹੀਂ ਲੱਭਣੀ ਅੰਗਾ ਜੀ ਪੁੱਛ ਲਿਆ ਲੋ ਜੀ ਉਹ ਖੇੜਦਾਰ ਆ ਸਾਰੀ ਦਿਹਾੜੀ ਖੇੜਦਾਰ ਜਦੋਂ ਦਿਨ ਡੁੱਬਣ ਤੇ ਗਿਆ ਤੋ ਉਹਨੇ ਲੰਮਾ ਸਾਫ ਕਰਿਆ ਅੰਦਾ ਉਹ ਜੀ ਅਬਾ ਲੋ ਜੀ ਉਹ ਟੋਲੇ ਦੇ ਵਿੱਚੋਂ ਨਿਕਲ ਕੇ ਆਇਆ ਟੈਨਸ਼ਨ ਬਣੀ ਉਹ ਦੀਵਾ ਬਾਲਦਾ ਤੇ ਮਗਰਲੇ ਵੀ ਆ ਜਾਂਦੇ ਮਹਰਲੇ ਕੋਰੀ ਉਹਨੂੰ ਨਾ ਟੋਲੇ ਦੇ ਵਿੱਚੋਂ ਜਦੋਂ ਨਿਕੜਨਾ ਪਈ ਇਹਨੂੰ ਖਿੱਚ ਪੈ ਮੀਨਾ ਦੀਵਾ ਬਾਲਿਆ ਵਜ਼ੀਰ ਆਇਆ ਉਹਨੇ ਕਹਾ ਵਈ ਸੱਚ ਗੱਲ ਦਸੀ ਕੋਈ ਨੰਗਾ ਤੇ ਨੂੰ ਕੀਤਾ ਹੁੰਦਾ ਜੀ ਪੁੱਛ ਸਕਦੇ ਕੇ ਉਹਨੇ ਕਹਾਲ ਅੱਛੇ ਸੋ ਜਦੋਂ 600 ਦਿੱਤਾ ਨਾ ਮਾਂ ਕਪੜੇ ਵਜੇ ਨਾ ਆਪੀ 600 ਰੁਪਏ ਸੰਭਲ ਬੜੇ ਉਹਨੇ ਕਹੇ ਬੱਚਾ ਨੰਗਾ ਨਾ ਕਰੀ ਜਿਵੇਂ ਮੇਰੇ ਹਰ ਵਾਰੀ ਮੈਂ ਵੀ ਪਿਆ ਕਿਸੇ ਨੂੰ 150 ਦਿੰਦਾ ਵੀ ਮੈਂ ਕਿਹੜਾ ਖੋ ਇਕੱਠਾ ਕੀਤਾ ਉਹ ਜਦੋਂ ਪੈਸੇ ਆਉਂਦੇ ਦੀ ਖਰਚਾ ਕੋ ਨਹੀਂ ਉਹ ਪਾ ਜੀ ਜਿਸ ਕਰੀ ਦੂਜਾ ਮਹੀਨਾ ਫੇਰ ਚੜਿਆ ਫੇਰ ਉਹ ਆਪਣੇ ਉਹਨੇ ਬੜੀ ਲਟੀਨ ਨਾਲ ਜਾਏ ਖੇਡਣ ਤੇ ਦਿਨ ਡੁੱਬਣ ਦੇ ਜਾਇਜ ਫੇਰ ਆ ਕੇ ਲੋਏ ਤੁਸੀਂ ਉਹ ਇੱਕ ਵਾਰ ਲਾ ਕੇ ਆ ਦੂਜੇ ਵੀ ਜਾਂਦੇ ਆ ਪਰ ਇੱਕ ਵਾਰ ਇਹਨਾਂ ਨੂੰ ਵਿੱਚੋਂ ਨਿਕਲਣਾ ਪੈਂਦਾ ਹੈ ਦੀਵਾ ਬਾਲਿਆ ਉਹਦੀ ਜੀ ਤਿੰਨ ਮਹੀਨੇ ਦੀਵਾ ਬਾਲਿਆ 6 3 18 ਸੌ ਰੁਪਈਆ ਬਣਿਆ ਤੇ ਚੌਥਾ ਨਹੀਂ ਫੇਰ ਚੜਨ ਦੇ ਲੋਜੀ ਉਖਾਈ ਵੀ ਰ ਉਖਾਈ ਬਾਚਾ ਆਖਾਂ ਗਿਆ ਹੋਜੀ ਤੁਹਾਨੂੰ ਉਹ ਜਮੋਸ਼ ਕਰੀਏ ਜਿਹੜਾ ਮੈਂ ਤੁਹਾਨੂੰ ਦੱਸਿਆ ਕਰ ਉਖਾਈ ਹਾਥੀ ਉਹ ਤਾਕਤਵੰਦ ਹੋਇਆ ਬਾਛਾ ਦੇ ਘਰ ਸੀ ਉਹ ਅੱਗੇ ਖੇਡ ਰਹੇ ਨੇ ਅਜੇ ਉਹ ਦੀਵਾ ਵਾਲੇ ਦਾ ਘੰਟਾ ਡੇਢ ਪਹਿਲਾਂ ਲੋਜੀ ਕੋਲ ਨੇ ਗੇ ਉਹ ਸੇ ਜੋ ਉਸੇ ਜਿਵੇਂ ਅੱਗੇ ਕੁੱਦ ਕੇ ਪਿਆ ਉਹ ਮੁੰਡਾ ਟਰੁੰਦਾ ਪਿੱਛੇ ਲੱਗਾ ਗਿਆ ਫਿਰ ਪੈਰ ਰੜਿਆ ਨਹੀਂ ਕਿੰਨਾ ਪੈਰ ਰੜੇ ਨਹੀਂ ਕਿੰਨਾ ਉਹ ਜਨੂ ਨੇ ਬੰਨਿਛੇ ਲੋਜੀ ਉਹ ਹਾਥੀ ਨੇ ਢੱਕਿਆ ਗਿਆ ਬਾਚਾ ਬੜਾ ਖੁਸ਼ ਆਂਦਾ ਵਜ਼ੀਰ ਯਾਰ ਕਿਆ ਬਾਤ ਹੈ ਮੈਂ ਜਾਨਾ ਇਹਨੂੰ 200 ਰੁਪਏ ਨਾਮ ਹੋਰ ਦੇ ਇਹ ਚਿਰ ਕੋ ਕੀ ਕਲਮਾ ਕਰਾਂਗਾ ਬਾਚਾ ਸਲਾਮਤ ਜਿੱਦਨ ਉਦੋਂ ਹਾਥੀ ਨੂੰ ਫੜਿਆ ਹੁਣ ਉਦੋਂ ਵੇਂਦੇ ਸੀ ਕੋਈ ਟੈਨਸ਼ਨ ਨਹੀਂ ਆਪਣਾ ਖੇਡਦਾ ਹੀ ਮੋਢਾ ਕਰਦਾ ਸਾਡਾ 1800 ਰੁਪਏ ਲੱਗੇ ਜਦੋਂ ਅਸੀਂ ਉਹ ਤਨਖਾਹ ਦਿੰਦੇ ਹਾਂ ਤੇ ਇਹਨੂੰ ਟੈਨਸ਼ਨ ਨਹੀਂ ਜਦੋਂ ਜਾ ਕੇ ਦੀਵਾ ਨਾ ਬਾਲਿਆ ਤੇ ਨਹੀਂ ਪੈਸੇ ਲੱਗ ਇਹ ਟੋਲੇ ਦੇ ਵਿੱਚੋਂ ਨਿਕਲ ਕੇ ਜਾਂਦਾ ਸੀ ਉਦੋਂ ਦਾ ਇਹਦੀ ਤਾਕਤ ਕੱਟ ਗਈ ਹੈ ਹੈ ਉਹ ਹੀ ਪਰ ਉਹ ਆਪਣੇ ਜਿਓ ਉਸੇ ਚ ਪਿਆ ਫੇਰ ਤੇ ਪਰ ਹਾਥੀ ਰੁਕਿਆ ਨਹੀਂ ਜਿਹੜੀ ਟੈਨਸ਼ਨ ਹੈ ਨਾ ਇਹਦਾ ਹੱਲ ਵੀ ਕੋਈ ਚੰਦਾ ਬਾਦਸ਼ਾਹ ਦਾ ਇਸਕੇ ਜਾਣੀ ਆ ਯਾਰ ਤੇਰੇ ਤਜਰਬੇ ਤੋਂ ਕਿਉਂ ਮੇਰੀ ਜਾਨ ਗਵਾਣੀ ਇਸ ਜਹਾ 1800 ਰੁਪਏ ਦਿੱਤਾ ਤੇ ਉਦੀ ਜਾਨ ਵਾ ਤੇ ਇਹ ਟੈਨਸ਼ਨ ਜਿਹੜੀ ਹੈ ਨਾ ਇਹਦੇ ਨਾਲ ਉਹ ਜੋ ਹੈ ਹਮ ਇੱਕ ਗੱਲ ਕਰਨਾ ਜਿਸ ਬੰਦੇ ਨੂੰ ਜਿਆਦਾ ਟੈਨਸ਼ਨ ਹੋ ਉਹ ਅਗਲੇ ਨੂੰ ਬੜੀਆਂ ਮਸਾਲਾਂ ਦਿੰਦਾ ਜਿਹਨੂੰ ਬੰਦੇ ਨੂੰ ਨਹੀਂ ਨਾ ਟੈਨਸ਼ਨ ਉਹ ਅਗਲੇ ਨੂੰ ਵੀ ਨਹੀਂ ਆਉਂਦਾ ਅੱਜ ਮੈਂ ਤੇਰੀ ਮੇਰੀ ਜੋੜ ਹੜ ਲ ਗਿਆ ਮੈਂ ਬਹੁਤ ਪਰੇਸ਼ਾਨ ਹੋਇਆ ਤੂੰ ਆਖਿਆ ਚਾਚਾ ਤੈਨੂੰ ਹੀ ਮੈਂ ਬੜਾਣਾ ਕੋਈ ਮੈਂ ਆਪੀ ਹੀ ਟੈਨਸ਼ਨ ਹੈ ਇਹ ਸਭ ਟੈਨਸ਼ਨ ਜਿਹੜੀ ਨੇ ਦਾ ਲਾਜ ਕੋ